ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਭਰ ਚ ਬਿਜਲੀ ਸੰਕਟ ਨਾਲ ਨਜਿੱਠਣ ਲਈ ਉਦਯੋਗਾਂ ਤੇ ਲਗਾਈਆਂ ਸਾਰੀਆਂ ਬਿਜਲੀ ਬੰਦਸ਼ਾਂ ਸੋਮਵਾਰ ਸ਼ਾਮ ਨੂੰ ਤੁਰੰਤ ਪ੍ਰਭਾਵ ਨਾਲ ਉਠਾਉਣ ਦੇ ਆਦੇਸ਼ ਦਿੱਤੇ ਹਨ ਮੌਨਸੂਨ ਚ ਦੇਰੀ ਕਾਰਨ ਖੇਤੀਬਾੜੀ ਤੇ ਘਰੇਲੂ ਖੇਤਰ ਦੋਵਾਂ ਵਿੱਚ ਅਣਕਿਆਸੀ ਮੰਗ ਕਾਰਨ ਇਹ ਸੰਕਟ ਪੈਦਾ ਹੋਇਆ ਸੀ ਤਲਵੰਡੀ ਸਾਬੋ ਥਰਮਲ ਪਲਾਂਟ ਦੇ ਬੰਦ ਪਏ ਤਿੰਨ ਯੂਨਿਟਾਂ ਚੋਂ ਇੱਕ ਯੂਨਿਟ ਦੇ ਚੱਲਣ ਉਪਰੰਤ ਸੂਬੇ ਵਿੱਚ ਬਿਜਲੀ ਦੀ ਸਥਿਤੀ ਦੀ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਨਿਰਦੇਸ਼ ਦਿੱਤੇ ਕਿ ਸੂਬੇ ਭਰ ਵਿੱਚ ਉਦਯੋਗਾਂ ਉੱਤੇ ਬਿਜਲੀ ਦੀ ਵਰਤੋਂ ਸਬੰਧੀ ਲਗਾਈਆਂ ਸਾਰੀਆਂ ਬੰਦਸ਼ਾਂ ਨੂੰ ਤੁਰੰਤ ਹਟਾਇਆ ਜਾਵੇ ਪੀਐਸਪੀਸੀਐਲ ਵੱਲੋਂ ਪੰਜਾਬ ਦੇ ਕੇਂਦਰੀ ਅਤੇ ਸਰਹੱਦੀ ਜ਼ੋਨ ਦੇ ਜਿਲ੍ਹਾਚ ਅਜੇ ਹੀ ਬੰਦਸ਼ਾ ਨੂੰ ਅੰਸ਼ਿਕ ਤੌਰ ਤੇ ਹਟਾਉਣ ਦੇ ਫੈਸਲੇ ਤੋਂ ਤੁਰੰਤ ਬਾਅਦ ਮੁੱਖ ਮੰਤਰੀ ਵੱਲੋਂ ਸਾਰੀਆਂ ਬੰਦਸ਼ਾ ਪੂਰਨ ਤੌਰ ਤੇ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ ਪੀਐਸਪੀਸੀਐਲ ਨੇ ਨਿਰੰਤਰ ਬਿਜਲੀ ਵਰਤੋਂ ਕਰਨ ਵਾਲਿਆਂ ਨੂੰ ਛੱਡ ਕੇ ਸਾਰੇ ਉਦਯੋਗਾਂ ਨੂੰ ਅੱਜ ਤੋਂ ਪੂਰੀ ਸਮਰੱਥਾ ਨਾਲ ਕੰਮ ਕਰਨ ਦੀ ਆਗਿਆ ਦਿੱਤੀ ਗਈ ਸੀ ਹਾਲਾਂਕਿ ਮੁੱਖ ਮੰਤਰੀ ਦੇ ਦਖਲ ਤੋਂ ਬਾਅਦ ਸੂਬੇ ਭਰ ਦੇ ਸਾਰੇ ਉਦਯੋਗ ਜਿਨ੍ਹਾਂ ਚ 24 ਘੰਟੇ ਨਿਰੰਤਰ ਬਿਜਲੀ ਦੀ ਵਰਤੋਂ ਕੀਤੀ ਜਾਂਦੀ ਸੀ ਸ਼ਾਮਲ ਸਨ ਹੁਣ ਪੂਰੀ ਸਮਰੱਥਾ ਨਾਲ ਕੰਮ ਕਰ ਸਕਦੇ ਹਨ ਦੱਸ ਦਈਏ ਕਿ ਪਿਛਲੇ ਕਈ ਤਾਂ ਝੋਨੇ ਦੇ ਸੀਜ਼ਨ 'ਚ ਵਧੇ ਤਾਪਮਾਨ ਕਾਰਨ ਸਿਖਰਾਂ ਤੇ ਪਹੁੰਚੀ ਬਿਜਲੀ ਦੀ ਮੰਗ ਕਾਰਨ ਪੈਦਾ ਹੋਏ ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਅਤੇ ਕਿਸਾਨਾਂ ਨੂੰ ਅੱਜ ਹੋਈ ਮੌਨਸੂਨ ਦੀ ਭਰਵੀਂ بارش ਤੋਂ ਬਾਅਦ ਸੁੱਖ ਦਾ ਸਾਹ ਆਇਆ ਹੈ ਇਸ بارش ਤੋਂ ਬਾਅਦ ਬਿਜਲੀ ਦੀ ਮੰਗ ਵੀ 12500 ਮੀਗਾਵਾਟ ਤੋਂ ਘਟ ਕੇ 8000 ਮੀਗਾਵਾਟ ਤੋਂ ਵੀ ਹੇਠਾਂ ਆ ਗਈ ਹੈ ਅਤੇ ਲਗਾਤਾਰ ਅਜੇ ਹੋ ਰਹੀ بارش ਕਾਰਨ ਇਹ ਮੰਗ ਹੋਰ ਵੀ ਘਟਣ ਦੀ ਉਮੀਦ ਬਣੀ ਹੋਈ ਹੈ ਇਸ ਤੋਂ ਇਲਾਵਾ ਅੱਜ ਤਲਵੰਡੀ ਸਾਬੋ ਦਾ ਇੱਕ ਯੂਨਿਟ ਮੁੜ ਚੱਲਣ ਨਾਲ ਪਾਵਰ ਕਮ ਨੂੰ ਹੋਰ ਰਾਹਤ ਮਿਲੀ ਹੈ ਅੱਜ ਇਸ بارش ਸਦਕਾ ਠੰਡੇ ਹੋਏ ਮੌਸਮ ਚ ਘਰਾਂ ਦੇ AC ਤੱਕ ਬੰਦ ਹੋ ਗਏ ਹਨ ਜਿਸ ਕਰਕੇ ਅੱਜ ਬਿਜਲੀ ਨਿਗਮ ਤੇ ਪਾਰ ਹੋਰ ਘਟ ਗਿਆ ਹੈ ਮੌਸਮ ਦੇ ਬਦਲੇ ਇਸ ਮિજાਜ ਤੋਂ ਬਾਅਦ ਘਟੀ ਮੰਗ ਸਦਕਾ ਅੱਜ ਨਿਜੀ ਥਰਮਲ ਅਤੇ ਸਰਕਾਰੀ ਥਰਮਲਾਂ ਦੀ ਉਤਪਾਦਨ ਸਮਰੱਥਾ ਘਟਾ ਕੇ ਅੱਧੀ ਕਰ ਦਿੰਦੀ ਹੈ ਬਿਜਲੀ ਦੀ ਘਟੀ ਮੰਗ ਤੋਂ ਬਾਅਦ ਜਿਹੜੀ ਸੰਨਤਾ ਤੇ 15 ਜੁਲਾਈ ਤੱਕ ਬੰਦਸ਼ਾਂ ਦੇ ਹੁਕਮ ਜਾਰੀ ਕੀਤੇ ਗਏ ਸਨ ਉਹਨਾਂ ਸੰਨਤਾਆਂ ਦੀਆਂ ਬੰਦਸ਼ਾਂ ਹਟਣ ਨਾਲ ਸਨਤਕਾਰਾਂ ਦੇ ਪੈੰਦੇ ਘਾਟੇ ਕਾਰਨ ਚਿਹਰੇ ਮੁਰਝਾਏ ਹੋਏ ਉਨਾਂ ਦੇ ਚਿਹਰੇ ਬਾਰਿਸ਼ ਤੋਂ ਬਣੀ ਆਸ ਨੇ ਮੁੜ ਖਿੜ ਗਏ ਹਨ ਪੰਜਾਬ ਅਤੇ ਪੰਜਾਬੀਅਤ ਨਾਲ ਜੁੜਿਆ ਹਰ ਮੁੱਦਾ ਹਰ ਖਬਰ ਨਿਰਪੱਖ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਣ ਦੀ ਕੋਸ਼ਿਸ਼ ਵਿੱਚ ਤੁਸੀਂ ਵੀ ਦੇਵੋ ਸਾਡਾ ਸਾਥ ਤਾਂ ਹੁਣੇ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਤੇ ਅਤੇ ਫੋਲੋ ਕਰੋ ਇੰਸਟਾ ਅਤੇ ਟਵਿੱਟਰ ਤੇ ਨਿਰਪੱਖ ਪੋਸਟ ਖਬਰ ਦੀ ਨਿਰਪੱਖ ਆਵਾਜ਼ ਵਿਜ਼ਿਟ ਕਰੋ www.nirpakkhpost.com